ਦਰਸ਼ਕੋ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਕੁਝ ਸਮਾਂ ਪਹਿਲਾਂ ਦੱਸਿਆ ਸੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਲੰਬੜਾ ਦਾ ਲਾੜਾ ਬਾਰੇ। ਇਸ ਫਿਲਮ ਨੂੰ ਫਾਇਰ ਮੋਨਿਕਾ ਮਲਟੀਮੀਡੀਆ ਵੱਲੋਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਤਾਜ ਨੇ। ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸਾਰਾ ਗੁਰਪਾਲ, ਬੱਬਲ ਰਾਏ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਗੁਰਪ੍ਰੀਤ ਪੰਗੂ, ਮਲਕੀਤ ਰੋਣੀ ਤੋਂ ਅਲਾਵਾ ਹੋਰ ਬਹੁਤ ਸਾਰੇ ਆਰਟਿਸਟ ਨਜ਼ਰ ਆਉਣਗੇ। ਖਾਸ ਗੱਲ ਇਸ ਫਿਲਮ ਦੀ ਇਹ ਰਹੇਗੀ ਕਿ ਇਸ ਫਿਲਮ ਤੋਂ ਯਾਸਿਰ ਹੁਸੈਨ ਨੂੰ ਪੰਜਾਬੀ ਮੂਵੀ ਇੰਡਸਟਰੀ ਵਿੱਚ ਇੰਟਰੋਡਿਊਸ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਪਹਿਲਾਂ ਸ਼ੇਅਰ ਨਹੀਂ ਕੀਤੀ ਗਈ ਸੀ, ਪਰ ਹੁਣ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਤੇ ਰਿਲੀਜ਼ ਡੇਟ ਕਾਸਟ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬੀ ਫਿਲਮ ਲੰਬੜਾ ਦਾ ਲਾੜਾ 26 ਜਨਵਰੀ 2024 ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਕਿੰਨੇ ਐਕਸਾਈਟਿਡ ਹੋ ਤੁਸੀਂ ਬੱਬਲ ਰਾਏ ਤੇ ਸਾਰਾ ਗੁਰਪਾਲ ਦੀ ਆਉਣ ਵਾਲੀ ਪੰਜਾਬੀ ਫਿਲਮ ਲੰਬੜਾ ਦਾ ਲਾੜਾ ਲਈ? ਸਾਨੂੰ ਕਮੈਂਟ ਕਰਕੇ ਦੱਸੋ ਤੇ ਇਸ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬ ਪਲੱਸ ਟੀਵੀ ਦੇ ਨਾਲ।